ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਕਾਮਨ ਲਾਅ ਕੇਸਿਸ ਨੂੰ ਲੈ ਕੇ। ਕਾਫੀ ਸਟੋਰੀ ਚੱਲ ਰਹੀ ਹੈ, ਰਿਜ਼ਲਟਸ ਨੂੰ ਕੀ ਹੋ ਰਿਹਾ, ਕਿਉਂ ਲੇਟ ਨੇ ਜਾਂ ਕੀ ਚੱਕਰ ਹੈ, ਬਾਇਓਮੈਟ੍ਰਿਕ ਲੈਟਰ ਕਿਹਨਾਂ ਨੂੰ ਨਹੀਂ ਆ ਰਹੀ, ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਉੱਤੇ ਡਿਸਕਸ ਕਰਨਾ ਵਾ, ਪਰ ਉਹਦੇ 'ਚ ਇੱਕ ਦੋ ਚੀਜ਼ਾਂ ਜਿਹੜੀਆਂ ਜ਼ਰੂਰੀ ਨੇ ਜਿਨ੍ਹਾਂ ਉੱਤੇ ਅੱਜ ਮੈਂ ਡਿਸਕਸ ਕਰੂੰਗਾ। ਸੋ ਮੇਕ ਸ਼ੋਰ ਵੀਡੀਓ ਪੂਰੀ ਦੇਖੇ ਤਾਂ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਆਉਣ ਵਾਲੇ ਦਿਨਾਂ 'ਚ ਵੀ ਤੁਹਾਨੂੰ ਐਸੇ ਹੀ ਅਪਡੇਟਸ ਮਿਲਦੀਆਂ ਰਹਿਣਗੀਆਂ। ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਰਿਜ਼ਲਟਸ ਨੂੰ ਲੈ ਕੇ। ਰਿਜ਼ਲਟਸ ਲੇਟ ਨਹੀਂ, ਕਾਫੀ ਜ਼ਿਆਦਾ ਲੇਟ ਨੇ, ਕਈਆਂ ਨੂੰ ਹੋ ਸਕਦਾ 4-5-7-10 ਦਿਨ 'ਚ ਰਿਜ਼ਲਟ ਆ ਜਾਏ, ਪਰ ਕਾਫੀ ਹੱਦ ਤੱਕ ਰਿਜ਼ਲਟ ਲੇਟ ਨੇ। ਅਗਰ ਤੁਸੀਂ ਮੇਰੇ ਪੁਰਾਣੀ ਵੀਡੀਓਜ਼ ਦੇਖੀਆਂ ਹੋਣ, ਮੈਂ ਸ਼ਾਰਟਸ ਸ਼ੇਅਰ ਕੀਤੇ ਸੀ, ਲਾਸਟ ਫਰਾਈਡੇ ਜਾਂ ਸੈਟਰਡੇ ਦੀ ਗੱਲ ਹੈ, 2 ਰਿਜ਼ਲਟ 22 ਦਿਨਾਂ ਬਾਅਦ ਆਏ ਹੈ, ਇੱਕ ਰਿਜ਼ਲਟ 44 ਦਿਨਾਂ ਬਾਅਦ ਆਇਆ ਰਿਫਿਊਜ਼ਡ ਕੇਸ ਦਾ, ਜਦਕਿ ਉਹਨਾਂ ਦੇ ਬਾਇਓਮੈਟ੍ਰਿਕ ਵੀ ਨਹੀਂ ਹੋਣੇ ਸੀ। ਇਸ ਤੋਂ ਇਲਾਵਾ ਗੱਲ ਕਰਦਾ ਬਾਇਓਮੈਟ੍ਰਿਕ ਨੂੰ ਲੈ ਕੇ, ਤਾਂ ਜੀ ਬਾਇਓਮੈਟ੍ਰਿਕ ਵੀ ਅੱਜ ਦੀ ਡੇਟ 'ਚ ਲੇਟ ਨੇ। ਕੱਲ੍ਹ ਦੀ ਵੀਡੀਓ 'ਚ ਵੀ ਜ਼ਿਕਰ ਕੀਤਾ ਸੀ, ਅੱਜ ਵੀ ਜ਼ਿਕਰ ਕਰ ਰਹੇ ਹਾਂ, ਇੱਕ ਆਪਣਾ ਬ੍ਰਦਰ ਹੈ ਯੂਕੇ ਤੋਂ ਜਿਨ੍ਹਾਂ ਦੀ ਫਾਈਲ ਅਪਲਾਈ ਕੀਤੀ ਹੋਈ ਹੈ, ਉਹਨਾਂ ਦਾ 7-8 ਦਿਨ ਆਈ ਥਿੰਕ ਸੋ ਅੱਜ ਹੋ ਚੁੱਕੇ ਨੇ, ਅਤੇ ਬਾਇਓਮੈਟ੍ਰਿਕ ਲੈਟਰ ਹਲੇ ਨਹੀਂ ਆਈ ਹੈ। ਸੋ ਇਹਦੇ 'ਚ ਆਪਣਾ ਕੋਈ ਕਸੂਰ ਨਹੀਂ, ਆਪਾਂ ਕਿਤੇ ਵੇਟ ਨਹੀਂ, ਆਪਣੇ ਹੈਂਡ 'ਤੇ ਕੋਈ ਕੰਮ ਨਹੀਂ ਰਹਿੰਦਾ ਗਾ, ਤੁਹਾਡਾ ਜਿਹੜਾ ਅੰਬੈਸੀ ਵੱਲੋਂ ਹੀ ਥੋੜ੍ਹਾ ਜਿਹਾ ਕੰਮ ਡਿਲੇ ਆ। ਸੋ ਆਪਣੇ ਵੱਲੋਂ ਐਸਾ ਕੁਛ ਨਹੀਂ ਕਰਨ ਦੀ ਲੋੜ, ਆਪਣਾ ਕੰਮ ਸਿਰਫ ਕੀ ਹੈ, ਜੀਸੀ ਕੀ ਡੇਲੀ ਚੈੱਕ ਕਰਨੀ ਹੈ, ਸਟੇਟਸ ਚੈੱਕ ਕਰਨਾ ਹੈ, ਬਸ ਠੀਕ ਹੈ ਨਹੀਂ। ਬਾਇਓਮੈਟ੍ਰਿਕ ਜਿੱਦਾਂ ਆ ਜਾਂਦੀ ਹੈ, ਆਪਾਂ ਉਸ ਟਾਈਮ ਤੋਂ 30 ਦਿਨ ਦੇ ਅੰਦਰ ਅੰਦਰ ਬਾਇਓਮੈਟ੍ਰਿਕ ਕਰਾਉਣਾ ਜ਼ਰੂਰੀ ਹੈ। ਥੋੜ੍ਹੇ ਜਿਹੇ ਲੇਟ ਨੇ, ਅੰਬੈਸੀ ਦੇ ਹੈਂਡ 'ਤੇ ਸਟਾਫ ਘੱਟ ਸਮਝ ਲਓ, ਪ੍ਰੋਸੈਸ ਲਓ ਸਮਝ ਲਓ, ਬਹੁਤ ਸਾਰੀਆਂ ਚੀਜ਼ਾਂ ਨੇ ਜੋ ਆਪਾਂ ਨੂੰ ਅੰਦਰ ਦੀਆਂ ਨਹੀਂ ਪਤਾ। ਬਟ ਅੱਜ ਦੀ ਘੜੀ ਫਿਲਹਾਲ ਦੀ ਗੱਲ ਕਰੀਏ ਤਾਂ ਜੀ ਬਾਇਓਮੈਟ੍ਰਿਕ ਲੈਟਰਸ ਲੇਟ ਨਹੀਂ, ਪਰ ਇਹਦੇ 'ਚ ਡਰਨ ਵਾਲੀ ਗੱਲ ਕੋਈ ਨਹੀਂ ਹੈ। ਨੈਕਸਟ ਅਪਡੇਟ ਦੀ ਗੱਲ ਕਰਦਾ ਜੀ, ਅੱਜ ਕੱਲ੍ਹ ਥੋੜ੍ਹਾ ਜਿਹਾ ਕਾਮਨ ਲਾਅ ਕੇਸਿਸ ਨੂੰ ਜਿਹੜਾ ਹੈਗਾ ਲੈ ਕੇ ਕਾਫੀ ਹਾਈ ਬਣੀ ਵੀ ਹੈ। ਇਹ ਕੀ ਹੈ, ਇੱਕ ਟ੍ਰੈਂਡ ਦੇ ਹਿਸਾਬ ਨਾਲ ਜਿਵੇਂ ਉਹਨਾਂ ਨੇ ਚੱਲ ਪੈਂਦਾ, ਜਿਵੇਂ ਇੱਕ ਸਾਲ ਪਹਿਲਾਂ ਹੋਟਲ ਬੁਕਿੰਗ 'ਤੇ ਬਹੁਤ ਰਿਜ਼ਲਟ ਆਏ ਸੀ, ਉਸ ਤੋਂ ਬਾਅਦ ਮਾਂ ਪੁੱਤ ਵਾਲੇ ਪਿਓ ਪੁੱਤ ਵਾਲੇ ਕੇਸਾਂ ਦੀ ਸਟੋਰੀ, 4 ਰਿਜ਼ਲਟ ਆ ਗਏ, ਦੁਨੀਆ ਮਗਰ ਪੈ ਚੁੱਕੀ ਹੈ, ਠੀਕ ਹੈ ਜੀ, ਕਿ ਆਹੀ ਕੇਸ ਲਾਓ, ਹਰ ਏਜੰਟ ਲੱਗਿਆ ਪਿਆ ਜੀ, ਮੰਮੀ ਨਾਲ ਆਪਦੇ ਫਾਦਰ ਨਾਲ ਕੇਸ ਲਾਓ, ਸਪੋਂਸਰ ਮੰਗਾ ਲਓ ਅਤੇ ਜੀ ਫਾਈਲ ਲਾ ਦਿਓ, ਬਹੁਤ ਸਾਰੀ ਚੀਜ਼ਾਂ। ਹੁਣ ਉਹ ਥੋੜ੍ਹਾ ਜਿਹਾ ਮਸਾਲਾ ਖਤਮ ਹੋਇਆ, ਤਾਂ ਜੀ ਨਵੇਂ ਹੁਣ ਕੀ ਕਰੀਏ, ਨਵਾਂ ਕੀ ਲੈ ਕੇ ਆਈਏ, ਤਾਂ ਨਵਾਂ ਚੱਲ ਰਿਹਾ ਜੀ, ਕਿਉਂਕਿ ਕਿਸੇ ਵੀ ਆਫਿਸ 'ਚੋਂ ਮੰਨ ਲਓ ਮੈਂ ਹਾਂ, ਜੇ ਮੈਂ ਦਿਨ 'ਚ 10 ਫਾਈਲਾਂ ਲਗਾਉਣਾ, ਤਾਂ 10 'ਚੋਂ 8 ਕੇਸ ਐਸੇ ਹੁੰਦੇ ਨੇ ਜਿਹੜੇ ਯੰਗ ਏਜ ਦੇ, 20-22-25-30 ਸਾਲ ਦੀ ਏਜ ਦੇ ਹੁੰਦੇ ਨੇ, ਜਿਨ੍ਹਾਂ ਦੀਆਂ ਫਾਈਲਾਂ ਆਪਣੇ ਕੋਲ ਆਉਂਦੀਆਂ। ਬਜ਼ੁਰਗ ਲੋਕਾਂ ਨੇ ਕੋਈ ਜਾਣਾ ਨਹੀਂ ਹੁੰਦਾ, ਜਿਹੜੇ ਬਹੁਤ ਯੰਗ ਏਜ 17-18 ਸਾਲ, 20 ਸਾਲ ਦੇ ਬੱਚੇ ਨੇ, ਉਹਨਾਂ ਨੇ ਸਟੂਡੈਂਟ ਲਈ ਅਪਲਾਈ ਕਰ ਲੈਂਦਾ। ਸੋ ਸਾਨੂੰ ਵਿਚਾਲੇ ਜਿਹੜੇ ਹੈ ਨਾ 20-22 ਤੋਂ ਲੱਗ ਕੇ 25-30-35 ਸਾਲ ਦੀ ਏਜ ਦੇ, ਉਹਨਾਂ ਨੂੰ ਯੰਗ ਏਜ ਵਿੱਚ ਕਾਊਂਟ ਕਰਕੇ ਅਤੇ ਕੇਸ ਲਾ ਰਹੇ ਨੇ ਜੀ। ਅੱਜ ਕੱਲ੍ਹ ਤੁਸੀਂ ਆਪਣੀ ਗਰਲਫ੍ਰੈਂਡ, ਤੁਸੀਂ ਆਪਣਾ ਫਰੈਂਡ, ਜੇ ਤੁਹਾਡੀ ਕੋਈ ਪਾਰਟਨਰ ਹੈ, ਉਹ ਤਾਂ ਕਈ ਏਜੰਟ ਤਾਂ ਮੈਂ ਇਹ ਵੀ ਸੁਣਿਆ ਕਿ ਯਾਰ ਜੇ ਤੁਹਾਡੀ ਵਾਈਫ ਉੱਥੇ ਗਈ ਹੈ ਨਾ, ਅਤੇ ਵਾਈਫ ਦੇ ਰਿਕਾਰਡ 'ਚ, ਮਤਲਬ ਵਿਆਹ ਜਿਹੜਾ ਤੁਹਾਡਾ ਸਟੱਡੀ, ਮਤਲਬ ਜੋ ਤੁਹਾਡੀ ਵਾਈਫ ਉੱਥੇ ਗਈ ਹੈ ਸਟੱਡੀ ਪਰਮਿਟ 'ਤੇ, ਅਤੇ ਉਹਨਾਂ ਨੇ ਅਨਮੈਰਿਡ ਸ਼ੋਅ ਕੀਤਾ ਹੋਇਆ, ਮਤਲਬ ਫਾਈਲ 'ਚ ਕਿਤੇ ਵੀ ਮੈਰਿਡ ਵਾਲਾ ਪੋਰਸ਼ਨ ਨਹੀਂ ਲੱਗਾ ਸੀਗਾ। ਕੁਛ ਸਟੋਰੀ ਹੁੰਦੀ ਹੈ ਕਈ ਕੇਸਾਂ ਦੀ, ਉਹ ਕਹਿੰਦੇ ਜੀ ਉਹਨੂੰ ਤੁਸੀਂ ਗਰਲਫ੍ਰੈਂਡ ਸ਼ੋਅ ਕਰ ਦਿਓ, ਜਦਕਿ ਮੈਰਿਜ ਹੋ ਚੁੱਕੀ ਹੈ, ਵਾਈਫ ਨੇ ਕੋਈ ਡਾਕੂਮੈਂਟਸ ਲਿਖਿਆ ਨਹੀਂ ਕਿ ਉਹ ਮੈਰਿਡ ਸੀਗੀ, ਸਟੱਡੀ ਹੈ, ਵੀਜ਼ਾ ਪਹਿਲਾਂ ਆਇਆ, ਮੈਰਿਜ ਬਾਅਦ 'ਚ ਹੋਈ ਹੈ, ਠੀਕ ਹੈ ਨਾ, ਉਹਨੇ ਲਿਖਿਆ ਹੀ ਨਹੀਂ ਕਿਤੇ ਕਿ ਮੈਰਿਜ ਹੋ ਚੁੱਕੀ ਹੈ, ਉਹ ਕਹਿੰਦੇ ਉਹਨੂੰ ਗਰਲਫ੍ਰੈਂਡ ਸ਼ੋਅ ਕਰ ਦਿਓ। ਯਾਰ ਕਾਮਨ ਲਾਅ ਕੇਸ 'ਚ ਨਾ ਤੁਸੀਂ ਇਕੱਠੇ ਰਹਿੰਦੇ ਹੋ ਜਾਂ ਕੁਛ ਐਸੇ ਫਾਰਮੈਟਸ ਹੁੰਦੇ, ਰਿਕੁਆਇਰਮੈਂਟਸ ਹੁੰਦੀਆਂ, ਉਸ ਦੇ ਬੇਸ 'ਤੇ ਕਾਮਨ ਲਾਅ ਕੇਸ ਆਉਂਦਾ, ਅਤੇ ਐਸੀ ਕੋਈ ਰਿਕੁਆਇਰਮੈਂਟ ਇਸ ਟਾਈਮ ਕੈਨੇਡਾ ਨੂੰ ਕਿ ਨਵਾਂ ਸਿਸਟਮ, ਕੋਈ ਨਵੇਂ ਰਿਕੁਆਇਰਮੈਂਟਸ ਕਿ ਹਾਂ ਵੀ ਕਾਮਨ ਲਾਅ ਕੇਸ 'ਚ ਫਾਈਲ ਲਾਓ ਜਾਂ ਐਸਾ ਕੁਛ ਵੀ, ਉਹ ਨਹੀਂ ਕੱਢਿਆ। ਇਹ ਏਜੰਟਸ ਦੀ ਨਵੀਂ ਗੇਮ ਹੈ ਜਿਹੜੀ ਮਾਰਕੀਟ 'ਚ ਚੱਲ ਰਹੀ। ਮੈਂ ਏਜੰਟਗਿਰੀ ਕਰਦਾ ਨਹੀਂ, ਮੈਂ ਮੂੰਹ 'ਤੇ ਕਹਿੰਦਾ, ਤੁਸੀਂ ਫਾਈਲ ਖੁਦ ਲਾ ਲਓ। ਬਹੁਤ ਸਾਰੀਆਂ ਵੀਡੀਓਜ਼ ਐਸੀਆਂ ਮੇਰੇ ਚੈਨਲ 'ਤੇ ਮਿਲ ਜਾਣਗੀਆਂ, ਫਾਈਲ ਕਿੱਦਾਂ ਲਾਉਣੀ, ਜੀ ਸੀ ਕੀ ਕਿੱਦਾਂ ਬਣਾਉਣੀ, ਐਪਲੀਕੇਸ਼ਨ ਫਾਰਮ ਕਿੱਦਾਂ ਭਰਨਾ, ਡਾਕੂਮੈਂਟਸ ਕੀ ਚਾਹੀਦੇ, ਸਭ ਚੀਜ਼ਾਂ ਦਾ ਮੋਸਟਲੀ ਮੈਂ ਵੀਡੀਓ 'ਚ ਜ਼ਿਕਰ ਕੀਤਾ। ਜੇ ਤੁਹਾਨੂੰ ਫਿਰ ਵੀ ਲੱਗਦਾ ਕਿ ਯਾਰ ਫਾਈਲ ਤੁਹਾਡੇ ਡਾਕੂਮੈਂਟਸ ਕੰਪਲੀਟ ਨੇ, ਕੁਛ ਅਸੈਸ ਕਰਾਉਣਾ ਚਾਹੁੰਦੇ ਹੋ, ਤੁਹਾਨੂੰ ਸ਼ੱਕ ਹੈ, ਕੋਈ ਪੈਸਾ ਨਹੀਂ ਫਾਈਲ ਅਸੈਸ ਕਰਾਉਣ ਦਾ, ਮੇਲ ਆਈ ਡੀ ਮੇਰੀ ਤੁਹਾਨੂੰ ਸਕਰੀਨ 'ਤੇ ਦੇਖ ਰਹੀ ਹੈ, ਏਜੰਟ ਦਾ ਜਿਹੜਾ ਕੈਨੇਡਾ ਦੇ ਲੋਇਰ ਨੇ, ਫ੍ਰੀ ਮੇਰੇ ਵਰਗੇ ਐਜ਼ ਏ ਬ੍ਰਦਰ ਤੁਹਾਡੀ ਹੈਲਪ ਕਰਦੇ ਨੇ, ਫ੍ਰੀ ਦੇ ਵਿੱਚ ਫਾਈਲ ਅਸੈਸ ਕਰਕੇ ਦੇਣਗੇ। ਜੇ ਕੁਛ ਕਮੀ ਪੇਚੀ ਡਾਕੂਮੈਂਟਸ
ਤਾਂ ਤੁਹਾਨੂੰ ਦੱਸ ਦੇਣਗੇ। ਜੇ ਕੁਛ ਲੱਗਦਾ ਕਿ ਯਾਰ ਇਹ ਚੀਜ਼ਾਂ ਦੋ ਚੀਜ਼ਾਂ ਐਡ ਕਰ ਲਓ, ਕੱਲ੍ਹ ਨੂੰ ਤੁਸੀਂ ਵੀਜ਼ਾ ਲੱਗਦਾ ਕੈਨੇਡਾ ਕੇ ਵਰਕ ਪਰਮਿਟ 'ਚ ਕਨਵਰਟ ਕਰਾਉਣਾ ਤੁਹਾਡੇ ਕੰਮ ਆਉਣਗੀ, ਉਹਨਾਂ ਨੇ ਫ੍ਰੀ ਆਫ ਕੋਸਟ ਤੁਹਾਨੂੰ ਦੱਸ ਦੇਣਾ। ਸੋ ਬੇਫਿਕਰ ਹੋ ਕੇ ਡਾਕੂਮੈਂਟਸ ਉਹਨਾਂ ਨੂੰ ਸੈਂਡ ਕਰਨਾ ਚਾਹੋ, ਅਗਰ ਤੁਹਾਡੀ ਤਸੱਲੀ ਹੈ, ਤੁਹਾਨੂੰ ਭਰੋਸਾ, ਤੁਸੀਂ ਸੈਂਡ ਕਰ ਸਕਦੇ ਹੋ। ਮੇਰੀ ਮੇਲ ਆਈ ਡੀ ਤੁਹਾਨੂੰ ਦਿਖ ਰਹੀ ਹੈ, ਕੁਛ ਗੱਲਬਾਤ ਅਤੇ ਇੰਸਟਾ 'ਤੇ ਮੈਸੇਜ ਕਰ ਦਿਉ। ਪੂਰੀ ਕੋਸ਼ਿਸ਼ ਰਹੂਗੀ ਰਿਪਲਾਈ ਕਰਨ ਦੀ, ਕਿਉਂਕਿ ਮੈਸੇਜਸ ਬਹੁਤ ਵੀਰਾਂ ਦੇ ਆਏ ਹੋਏ ਨੇ, ਨਹੀਂ ਕਈ ਵਾਰ ਟਾਈਮ ਲੱਗਦਾ। ਇੱਕ ਹੈਲੋ ਹਾਈ ਦਾ ਮੈਸੇਜ ਨਾ ਕਰੋ, ਹੱਥ ਜੋੜ ਕੇ ਬੇਨਤੀ ਆ। ਤੁਹਾਡੇ ਹੈਲੋ ਹਾਈ ਤੋਂ ਬਾਅਦ ਮੈਂ ਹੈਲੋ ਹਾਈ ਕਰਾਂ, ਫਿਰ ਤੁਸੀਂ ਹਾਊ ਆਰ ਯੂ ਪੁੱਛੋ। ਭਰਾ ਮੇਰੇ 250 ਤੋਂ 300 ਲੋਕਾਂ ਦਾ ਮੈਸੇਜ ਆਇਆ ਹੋਇਆ, ਮੈਂ ਕਿੰਨੇ ਨਾਲ ਹੈਲੋ ਹਾਈ ਗੱਲਬਾਤ ਕਰਾਂ। ਸੋ ਟੂ ਦਾ ਪੁਆਇੰਟ, ਆਪਣਾ ਮੈਸੇਜ ਲਿਖੋ ਹੈਲੋ ਜਾਂ ਸਤਿ ਸ਼੍ਰੀ ਅਕਾਲ, ਜੋ ਤੁਸੀਂ ਲਿਖਣਾ ਚਾਹੋ, ਠੀਕ ਹੈ ਨਾ। ਛੋਟਾ ਵੀਰ, ਵੱਡਾ ਵੀਰ, ਜੋ ਤੁਸੀਂ ਕਹਿੰਦੇ ਕਿ ਹੈਲੋ ਵੀਰ, ਆਹ ਮੇਰੀ ਫਾਈਲ ਹੈ ਜਾਂ ਆਹ ਗੱਲਬਾਤ ਹੈ, ਪੂਰੀ ਸਟੋਰੀ ਲਿਖੋ। ਮੇਰੀ ਵੀ ਕੋਸ਼ਿਸ਼ ਹੈ ਕਿ ਤੁਹਾਡੇ ਪਹਿਲੇ ਮੈਸੇਜ ਦੇ ਨਾਲ ਦੂਸਰੇ ਦਾ ਰਿਪਲਾਈ ਕਰਕੇ ਤੁਹਾਨੂੰ ਵੀ ਫ੍ਰੀ ਕਰਾਂ ਅਤੇ ਮੈਨੂੰ ਵੀ ਤਸੱਲੀ ਰਹੇ ਕਿ ਹਾਂ ਯਾਰ ਰਿਪਲਾਈ ਕਰਤਾ ਕੱਲ੍ਹ ਨੂੰ, ਕਿ ਵੀਰ ਇਹ ਨਾ ਕਹੇ ਕਿ ਜਿਹੜਾ ਮੇਰੀ ਮੈਸੇਜ ਦਾ ਰਿਪਲਾਈ ਨਹੀਂ ਕੀਤਾ। ਪਰ ਹੈਲੋ ਹਾਈ ਦਾ ਮੈਸੇਜ ਨਾ ਕਰੋ, ਰਿਕੁਐਸਟ ਆ। ਬਹੁਤ ਮੈਸੇਜ ਆਏ ਹੋਏ ਨੇ, ਰਿਪਲਾਈ ਕਰਨਾ ਸੌਖਾ ਨਹੀਂ ਹੁੰਦਾ, ਠੀਕ ਹੈ ਜੀ। ਸੋ ਕੋਮਨ ਲਾ ਕੇਸਾਂ ਦੀ ਗੱਲ ਕਰਦੇ ਹਾਂ, ਤਾਂ ਇਸ ਟਾਈਮ ਜਿਹੜੀ ਹੈ ਨਵੀਂ ਗੇਮ ਚੱਲ ਰਹੀ ਹੈ, ਇਸ ਗੇਮ ਦੇ ਉੱਤੇ ਛੋਟੀ ਜਿਹੀ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ ਵਾਂ, ਤੁਹਾਨੂੰ ਥੋੜ੍ਹਾ ਜਿਹਾ ਸੌਖਾ ਸਮਝ ਲੱਗ ਜੂ। ਜਿਹੜੇ ਬੰਦੇ ਸ਼ੁਰੂ ਤੋਂ ਫੋਲੋ ਕਰ ਰਹੇ ਨੇ, ਇਹ ਜਿਹੜੇ ਫਾਈਲ ਲਾਉਣਾ ਚਾਹੁੰਦੇ ਨੇ, ਮੈਂ ਨਹੀਂ ਕਹਿੰਦਾ ਮੈਨੂੰ ਫੋਲੋ ਕਰ ਰਹੇ, ਠੀਕ ਹੈ ਨਾ, ਪਰ ਜਿਹੜੇ ਫਾਈਲ ਲਾਉਣਾ ਚਾਹੁੰਦੇ ਨੇ, ਥੋੜ੍ਹਾ ਜਿਹਾ ਇਨਫੋਰਮੇਸ਼ਨ ਇਕੱਠੀ ਕਰਕੇ ਰੱਖਦੇ, ਉਹਨਾਂ ਨੂੰ ਇਹ ਚੀਜ਼ ਜਲਦੀ ਸਮਝ ਲੱਗ ਜੂ। ਅੱਜ ਤੋਂ ਇੱਕ ਐਗਜ਼ਾਮਪਲ ਦੇ ਰਿਹਾ, ਸਾਲ ਪਹਿਲਾਂ ਕੀ ਹੋਇਆ ਸੀ, ਕੈਨੇਡਾ ਨੇ ਹੁਣ ਤਾਂ ਚਲੋ ਕੈਪਿੰਗ ਤਾਂ ਹੁਣ ਕੀਤੀ, 6 ਮਹੀਨੇ ਸਾਲ ਪਹਿਲਾਂ ਕੈਨੇਡਾ ਨੇ ਕਾਫੀ ਕਾਲਜਿਸ ਯੂਨੀਵਰਸਿਟੀਜ਼ ਬੰਦ ਕਰਤੀਆਂ ਪੱਕੀਆਂ, ਤੁਹਾਨੂੰ ਵੀ ਪਤਾ ਇਸ ਗੱਲ ਦਾ। ਹੁਣ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਕਿ 1 ਸਾਲ ਪਹਿਲਾਂ ਹੋਇਆ ਕੀ ਸੀ। ਮੰਨ ਲਓ ਮੈਂ ਏਜੰਟ ਹਾਂ, ਠੀਕ ਹੈ ਜੀ, ਮੇਰੇ ਕੋਲ ਕੈਨੇਡਾ ਦੇ 10 ਕਾਲਜ ਆ, 10ਾਂ 'ਚੋਂ 7 ਹੋ ਗਏ ਬੰਦ, 3 ਕਾਲਜਿਸ ਬਚੇ ਨੇ, 3 ਕਾਲਜਾਂ ਵਿੱਚ ਸਿਰਫ ਜਿਹੜੇ ਕੋਰਸ ਨੇ ਉਹ ਬਿਜ਼ਨਸ ਕਮਰਸ ਇਹਨਾਂ ਦੇ ਨੇੜੇ ਤੇੜੇ ਦੇ ਨੇ, ਮੈਡੀਕਲ ਮੁਡੀਕਲ ਵਾਲੇ ਸਭ ਜਿਹੜੇ ਮੇਰੇ ਕੰਟੈਕਟ ਸੀ ਬੰਦ ਹੋ ਚੁੱਕੇ, ਨਵੇਂ ਕਾਲਜਾਂ ਨਾਲ ਹਾਲੇ ਮੇਰੀ ਸੈਟਿੰਗ ਹੋਣੀ ਆ। ਇੱਕ ਐਗਜ਼ਾਮਪਲ ਦੇ ਰਿਹਾ, ਮੈਂ ਏਜੰਟਗਿਰੀ ਨਾ ਕਰਦਾ ਨਾ ਹੈਗਾ, ਸੋ ਪਲੀਜ਼ ਗਲਤ ਨਾ ਸਮਝੋ, ਇੱਕ ਐਗਜ਼ਾਮਪਲ ਆ, ਠੀਕ ਹੈ ਜੀ। ਹੁਣ ਮੰਨ ਲਓ ਕਸਟਮਰ ਮੇਰੇ ਕੋਲ ਆ ਗਿਆ, ਕਸਟਮਰ ਹੈਗਾ ਜੀ ਨੋਨ ਮੈਡੀਕਲ ਦਾ, ਜਾਂ ਮੰਨ ਲਓ ਮੈਡੀਕਲ ਦਾ, ਇੱਕ ਐਗਜ਼ਾਮਪਲ। ਉਹ ਕਹਿੰਦਾ ਜੀ ਮੈਂ ਫਾਈਲ ਲਵਾਉਣੀ, ਹੁਣ ਮੈਨੂੰ ਪਤਾ ਮੇਰੇ ਕੋਲ ਜਿਹੜੇ ਕਾਲਜ ਆ ਉਹ ਤਾਂ ਸਿਰਫ ਕਮਰਸ ਵਾਲੇ ਨੇ, ਉਹ ਹੈ ਨਹੀਂ। ਕਸਟਮਰ ਨੂੰ ਮੈਂ ਟੋਪੀ ਪਾ ਕੇ ਪਹਿਲੇ ਕੋਸ਼ਿਸ਼ ਕੀਤੀ ਕਿ ਭਾਈ ਕਮਰਸ ਵਾਲਾ ਕੋਈ ਕੋਰਸ ਬਿਜ਼ਨਸ ਬੁਜ਼ਨਸ ਦਾ ਵੀ ਕੋਰਸ ਲੈਦਾ, ਅਤੇ ਚੱਲ ਭਾਈ ਆਪਣੇ ਤੋਂ ਪੈਸੇ ਤੋਂ ਮਤਲਬ ਜੋ ਮਾਰਕੀਟ 'ਚ ਚੱਲਦਾ ਸੱਚ ਹੈ, ਚਾਹੇ ਕਿ ਮੰਨੇ ਚਾਹੇ ਨਾ ਮੰਨੇ। ਕੋਈ ਬੰਦਾ ਕਹਿ ਦੇਣਾ ਕਿ ਮੈਂ ਏਜੰਟਗਿਰੀ ਨਹੀਂ ਕਰਦਾ, ਮੈਂ ਜੈਨੂਨਲੀ ਫਾਈਲ ਲਵਾ ਕੇ ਦਿੰਦਾ, ਮੈਂ ਘੱਟ ਪੈਸੇ ਲੈਣਾ, ਜਾਂ ਕੁਛ ਵੀ, ਇੱਕ ਵੀ ਹਾਂ ਮੈਂ ਸੇਵਾ ਵੀ ਕਰਦਾ, ਹਾਂ ਕਮਾਉਂਦਾ, ਉਹ ਮੇਰੀ ਮਿਹਨਤ, ਮੈਂ ਵੀ ਕਮਾਉਂਦਾ, ਮੈਂ ਵੀ ਫਾਈਲਾਂ ਕਰਦਾ, ਮੈਂ ਵੀ ਪੈਸੇ ਲੈਂਦਾ, ਪਰ ਫਾਈਲ ਕਰਨ ਦਾ ਇੱਕ ਢੰਗ ਹੁੰਦਾ, ਮੈਂ ਫਾਈਲ ਕਸਟਮਰ ਨੂੰ ਪੂਰੀ ਮੇਲ ਕਰਕੇ ਇੱਕ ਇੱਕ ਅਕਸ਼ਰ ਫਾਈਲ ਦਾ ਚੈੱਕ ਕਰਵਾਉਂਦਾ। ਐਸਾ ਨਹੀਂ ਕਿ ਸਾਡੇ ਆਫਿਸ ਦੀ ਪਾਲਿਸੀ ਹੈ ਮੈਂ ਫਾਈਲ ਨਹੀਂ ਚੈੱਕ ਕਰਾਉਂਦਾ, ਅਸੀਂ ਡਾਕੂਮੈਂਟਸ ਨਹੀਂ ਦੇਣੇ। ਕਿਉਂ ਬਾਈ, ਤੈਨੂੰ ਸਰਵਿਸ ਚਾਰਜ ਦਿੱਤਾ ਨਾ ਤੇਰੀ ਫਾਈਲ ਦਾ, ਤੂੰ ਜੋ ਤੁਸੀਂ ਪੈਸੇ ਮੰਗੇ 10,000-20,000, ਕਈ ਤਾਂ 1,00,000-50,000 ਰੁਪਈਆ, 50,000-50,000 ਰੁਪਏ ਸਰਵਿਸ ਚਾਰਜ ਮੰਗਦੇ, ਠੀਕ ਹੈ ਲੈ ਲਓ, ਕੰਮ ਵੀ ਤਾਂ ਦੋ ਕਰਕੇ, 5 ਰੁਪਏ ਦਾ ਕੰਮ ਨਹੀਂ ਹੁੰਦਾ, 50,000 ਦਾ ਮੂੰਹ ਪਾੜ ਲੈਂਦੇ ਤੁਸੀਂ, ਠੀਕ ਹੈ ਨਹੀਂ। ਸੋ ਹੋਇਆ ਕਿ ਹੁਣ ਕਸਟਮਰ ਆਇਆ ਮੈਡੀਕਲ ਦਾ, ਮੈਨੂੰ ਪਹਿਲੇ ਕੁਛ ਹੈ ਕਿ ਮੱਖਣ ਲਾ ਕੇ ਮੈਂ ਉਹਨੂੰ ਬਿਜ਼ਨਸ ਦਾ, ਇੱਕ ਐਗਜ਼ਾਮਪਲ ਹੈ ਤੁਹਾਡੇ ਕੋਮਨ ਲਾ ਕੇਸਾਂ 'ਚ, ਤੁਹਾਨੂੰ ਸਮਝ ਲੱਗ ਜਾਏਗੀ ਕਿ ਚੱਲਦਾ ਕਿਤੇ ਹੁੰਦਾ ਕੀ ਹੈ, ਠੀਕ ਹੈ ਜੀ। ਉਹਦੇ 'ਚ ਕੀ ਹੋਇਆ, ਆਪਣਾ ਮੈਡੀਕਲ ਦਾ ਆ ਗਿਆ ਸਟੂਡੈਂਟ, ਸਟੂਡੈਂਟ ਦੇ ਬੇਸ 'ਤੇ ਹੁਣ ਮੈਂ, ਮੇਰੇ ਕੋਲ ਤਾਂ ਇਕੱਲੇ ਕਮਰਸ ਵਾਲੇ ਕਾਲਜ ਬੱਚੇ, ਮੈਂ ਉਹਨੂੰ ਕਿਵੇਂ ਟੋਪੀ ਪਾਵਾਂ। ਮੈਂ ਉਹਨੂੰ ਕੋਸ਼ਿਸ਼ ਕੀਤੀ ਭਾਈ ਬਿਜ਼ਨਸ ਦਾ ਕੋਰਸ ਲੈ ਲੈ, ਨਹੀਂ ਮੰਨਿਆ, ਚਲੋ ਵੀ ਬੰਦਾ ਸਿਆਣਾ, ਬੰਦਾ ਕਹਿੰਦਾ ਨਹੀਂ ਮੰਨਿਆ। ਫਿਰ ਮੈਂ ਤੁਹਾਨੂੰ ਟੋਪੀ ਪਾਈ, ਹੁਣ ਮੇਰੇ ਕੋਲ ਇੱਕ ਰਾਹ ਘਿਓ ਸਿੱਧੇ ਹੱਥ ਨਾਲ ਤਾਂ ਨਿਕਲਿਆ ਨਹੀਂ, ਘਿਓ ਡੱਬਾ ਟੇਢਾ ਕਰਨਾ ਪੈਣਾ, ਇਹੀ ਆਪਾਂ ਕਹਿੰਦੇ, ਆਪਾਂ ਵੀ ਡੱਬਾ ਹੀ ਪੁੱਠਾ ਕਰਤਾ, ਆਪਾਂ ਉਹਨੂੰ ਕਹਿੰਦਾ ਜੀ ਕੈਨੇਡਾ ਹੀ ਮਾੜਾ, ਸਿੱਧਾ ਜਿਹਾ ਹਿਸਾਬ, ਕੈਨੇਡਾ ਮਾੜਾ, ਕੈਨੇਡਾ ਨੇ ਪੱਕਾ ਨਹੀਂ ਕਰਨਾ, ਫਲਾਣਾ ਇਹ ਉਹ, ਯੂਕੇ ਜਾਓ। ਮਾਮਾ ਯੂਕੇ ਕਿਹੜਾ ਪੱਕਾ ਕਰਦਾ, ਇਹ ਵੀ ਤਾਂ ਦੱਸ ਦੇ, ਯੂਕੇ 'ਚ ਕੋਰਸ ਸਸਤਾ ਜੀ, ਉੱਥੇ ਕਾਲਜ ਵਧੀਆ, ਉੱਥੇ ਕੰਮ ਮਿਲ ਜੂ। ਮੇਰਾ ਕੰਮ ਸੀ ਤੁਹਾਨੂੰ ਕਾਲਜ ਦਾ ਕੋਰਸ ਦੇ ਕੇ ਤੁਹਾਨੂੰ ਉੱਥੇ ਪਹੁੰਚਦਾ ਕਰਨਾ, ਤਾਂ ਕਿ ਮੇਰੇ 2 ਪੈਸੇ ਬਣ। ਤੁਹਾਡੇ ਨਾਲ ਮੇਰੀ ਇਹ ਤਾਂ ਡੀਲ ਨਹੀਂ ਨਾ ਹੋਈ ਕਿ ਯੂਕੇ ਪੱਕਾ ਵੀ ਕਰੂਗਾ, ਤੁਹਾਡੇ ਨਾਲ ਮੇਰੀ ਇਹ ਤਾਂ ਨਹੀਂ ਡੀਲ ਹੋਈ ਨਾ ਕਿ ਯੂਕੇ ਜਾ ਕੇ ਤੁਹਾਨੂੰ ਕੰਮ ਬਹਿੰਦੇ ਸਰ ਮਿਲ ਜੂਗਾ, ਜਾਂਦੇ ਸਰ ਮਿਲ ਜੂਗਾ, ਨਹੀਂ ਨਾ। ਸੋ ਉਹਨਾਂ ਦਿਨਾਂ 'ਚ ਜਦੋਂ ਕੈਨੇਡਾ ਮਾੜਾ ਵੱਜ ਕੇ ਇਹਨਾਂ ਨੇ ਆਪਣੀ ਟੋਪੀ ਪਾਉਣ ਲਈ, ਯੂਕੇ ਵੀ ਅੰਨਾ ਸਟੂਡੈਂਟ ਚੜ੍ਹਾਇਆ, ਜੋ ਰਿਐਲਿਟੀ ਹੈ, ਜਿਹੜੇ ਵੀਡੀਓ ਸ਼ੁਰੂ ਤੋਂ ਦੇਖਦੇ ਉਹਨਾਂ ਨੂੰ ਪਤਾ।
ਹੁਣ ਅੱਜ ਦੇ ਕੇਸ 'ਚ ਕੀ ਹੋ ਰਿਹਾ, ਸਾਲ ਪਹਿਲਾਂ ਹੋਟਲ ਬੁਕਿੰਗ 'ਤੇ ਬਹੁਤ ਰਿਜ਼ਲਟ ਆਇਆ, ਹੁਣ ਅੰਬੈਸੀ ਥੋੜ੍ਹੀ ਜਿਹੀ ਟੂਰਿਸਟ ਵੀਜ਼ਾ ਨੂੰ ਜਾਂ ਟੈਂਪਰੇਰੀ ਵੀਜ਼ਾਸ ਨੂੰ ਲੈ ਕੇ ਥੋੜ੍ਹਾ ਜਿਹਾ ਸਟ੍ਰਿਕਟ ਹੋ ਰਹੀ ਹੈ, ਲੋਕਾਂ ਨੂੰ ਘਟਾ ਰਹੀ, ਕਿਉਂਕਿ ਬਹੁਤ ਲੋਕ ਜਿਹੜੇ ਹੈ ਸਿਰਫ ਆ $100 $150 ਦੀ ਫੀਸ ਦੇ ਕੇ ਉੱਥੇ ਜਾ ਕੇ ਅਸਾਈਲਮ ਪਾ ਰਹੇ, ਪੱਕੇ ਹੋ ਰਹੇ ਨੇ, ਜਿਹੜਾ ਕੈਨੇਡਾ ਅੰਬੈਸੀ ਨੂੰ ਸੋਰੀ ਕੈਨੇਡਾ ਗੌਰਮੈਂਟ ਨੂੰ ਜਿਹੜਾ ਪੈਸਾ ਸਟੂਡੈਂਟਸ ਵੱਲੋਂ ਆਉਣਾ, ਜਿਹੜਾ ਪੈਸਾ PR ਕੇਸਾਂ ਵੱਲੋਂ ਆਉਣਾ, ਉਹ ਨਹੀਂ ਆ ਰਿਹਾ, ਉਲਟਾ ਅਸਾਈਲਮ 'ਚ ਜਾ ਕੇ ਪੈਸਾ ਗੌਰਮੈਂਟ ਤੋਂ ਖਾ ਰਹੇ ਨੇ ਐਜ ਦੀ ਰੇਟ 'ਚ, ਇਹ ਰਿਐਲਿਟੀ ਹੈ, ਮੰਨੋ ਚਾਹੇ ਨਾ ਮੰਨੋ, ਮੈਨੂੰ ਕੋਈ ਫਰਕ ਨਹੀਂ ਪੈ ਰਿਹਾ, ਮੇਰਾ ਕੰਮ ਹੈ ਤੁਹਾਨੂੰ ਸਹੀ ਇਨਫੋਰਮੇਸ਼ਨ ਦੇਣਾ, ਮੇਰੀ ਗੱਲ ਮੰਨ ਲਓਗੇ ਤਾਂ ਵੀ ਤੁਹਾਡੇ ਲਈ ਬੈਸਟ ਹੈ, ਨਹੀਂ ਮੰਨੋਗੇ ਤਾਂ ਭਰਾ ਜਿਹੜੇ ਰਾਹ ਤੁਸੀਂ ਚੱਲਣਾ ਚੱਲ ਸਕਦੇ ਹੋ, ਮੈਂ ਤਾਂ ਰੋਕਣ ਵਾਲਾ ਕੌਣ ਹੁੰਦਾ ਵਾਂ, ਠੀਕ ਨਹੀਂ। ਸੋ ਇਹ ਚੀਜ਼ ਹੁੰਦੀ ਵੀ ਹੈ। ਉਸ ਤੋਂ ਬਾਅਦ ਕੀ ਹੋਇਆ, ਮਾਂ ਪੁੱਤ ਵਾਲੇ ਕੇਸ ਆਏ, ਅੰਨਾ ਫਾਈਲ ਦਾ ਮਤਲਬ ਅੰਨੀਆਂ ਫਾਈਲਾਂ ਲੱਗੀਆਂ, ਤੁਸੀਂ ਸੋਚ ਨਹੀਂ ਸਕਦੇ ਇੰਨੀ ਕੀ ਫਾਈਲ ਮਾਂ ਪੁੱਤ ਵਾਲੇ ਕਿਸੇ ਲੱਗੀ, ਉਹਨਾਂ ਨੂੰ ਵੀ ਪਤਾ ਲੱਗਾ, ਉਹ ਵੀ ਸਿਆਣੇ ਹੋ ਗਏ ਕਿ ਹਰ ਕੋਈ ਸੇਮ ਫਾਈਲ ਤੁਰਿਆ ਹੁੰਦਾ, ਹਰ ਕੋਈ ਕਹਿੰਦਾ ਜੀ ਅੱਜ ਮੇਰੀ ਮਾਂ ਨਾਲ ਮੇਰੀ ਮਾਂ ਬਜ਼ੁਰਗ ਹੋ ਗਈ ਆ, ਸਪੌਂਸਰ ਆ ਗਈ, ਆਏ ਆ। ਹੁਣ ਨਵਾਂ ਕੇਸ ਕੀ ਹੈ, ਜਿਵੇਂ ਕਾਲਜਾਂ ਦਾ ਪੰਗਾ ਹੋਇਆ ਮਾੜੇ ਬਣਾਤੇ, ਅਤੇ UK ਕਾਲਜ ਚੰਗੇ ਹੋ ਗਏ, UK ਵਧੀਆ ਹੋ ਗਿਆ, ਅਤੇ ਅੱਜ ਦੀ ਡੇਟ 'ਚ ਉਸੇ ਤਰ੍ਹਾਂ ਗਰਲਫ੍ਰੈਂਡ ਵਾਲੇ ਕੇਸ ਵੀ ਵਧੀਆ ਹੋ ਗਏ। ਸੋ ਸਟੋਰੀ ਮਾਰਕੀਟ 'ਚ ਇਹ ਚੱਲਦੀ ਪਈ ਆ, ਮੇਰਾ ਵੀਰ ਜਿਹੜਾ ਫਾਈਲ ਲਾਉਣਾ ਚਾਹੁੰਦਾ, ਮੈਂ ਨਹੀਂ ਕਹਿੰਦਾ ਮੇਰੇ ਤੋਂ ਲਵਾਓ, ਆਪੇ ਲਾ ਲਓ, ਸਾਰੀਆਂ ਵੀਡੀਓਜ਼ ਮੇਰੇ ਚੈਨਲ ਦੇ, ਫਾਰਮ ਕਿੱਦਾਂ ਭਰਨਾ, GCD ਡਾਕੂਮੈਂਟਸ, ਹਰ ਚੀਜ਼ ਮੇਰੇ ਚੈਨਲ 'ਤੇ ਮਿਲ ਜੂਗੀ। ਕੁਛ ਕੁਐਰੀ ਹੈ, ਮੇਲ ID ਸਕਰੀਨ 'ਤੇ ਦੇਖ ਰਹੀ ਹੈ, ਫਾਈਲ ਅਸੈਸ ਕਰਾਉਣੀ ਹੈ, ਮੈਨੂੰ ਮੇਲ ਕਰ ਦਿਉ, ਕੈਨੇਡਾ ਲੋਇਰ ਤੋਂ ਉਹਨਾਂ ਦਾ ਪੁਆਇੰਟ ਆਫ ਵਿਊ ਦੇਖਣਾ ਹੈ, ਉਹਨਾਂ ਨੂੰ ਵਟਸਐਪ ਕਰ ਦਿਉ, ਮੇਰੇ ਨਾਲ ਕੋਈ ਗੱਲ ਕਰਨੀ, ਇੰਸਟਾਗ੍ਰਾਮ ਤੁਹਾਨੂੰ ਦਿਖ ਰਹੀ ਹੈ, ਉੱਥੇ ਗੱਲ ਕਰ ਸਕਦੇ ਹੋ। ਸਾਇਜ਼ ਦੀ ਵੀਡੀਓ 'ਚ ਕੁਛ ਆਹੀ ਗੱਲਾਂ ਬਾਤਾਂ ਸੀ ਜੋ ਤੁਹਾਡੇ ਨਾਲ ਸ਼ੇਅਰ ਕਰਨੀਆਂ ਸੀ, ਮਿਲਦੇ ਹਾਂ ਨੈਕਸਟ ਵੀਡੀਓ 'ਚ ਕੁਛ ਨਵੇਂ ਟੋਪਿਕਸ, ਕੁਛ ਨਵੇਂ ਅਪਡੇਟਸ ਨਾਲ, ਟਿਲ ਦੈਨ ਕੀਪ ਸਮਾਈਲਿੰਗ, ਸਤਿ ਸ਼੍ਰੀ ਅਕਾਲ।